ਕਾਰਯੋਗ ਸ਼ਖਸੀਅਤ ਸਵਰਗੀ ਸਰਦਾਰ ਜਗਦੀਸ਼ ਸਿੰਘ ਧੰਜਲ ਬੀਤੇ ਦਿਨੀ ਪਰਮਾਤਮਾ ਪਾਸੋਂ ਬਖਸ਼ੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਇਹਨਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਬਾਬਾ ਸੇਵਾ ਸਿੰਘ ਹਾਲ ਅਜੀਤ ਨਗਰ ਦੇ ਸੁਲਤਾਨਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਰਵਾਈ ਗਈ ਅਤੇ ਰਾਗੀ ਸਿੰਘਾਂ ਵੱਲੋਂ ਵਿਰਾਗਮਈ ਕੀਰਤਨ ਵੀ ਕੀਤਾ ਗਿਆ। ਇਸ ਮੌਕੇ 'ਤੇ ਇਲਾਕੇ ਦੀਆਂ ਹੋਰ ਵੀ ਮਾਣਯੋਗ ਸ਼ਖਸੀਅਤਾਂ ਡਾਕਟਰ ਜਗਦੀਸ਼ ਸਿੰਘ ਧੰਜਲ ਜੀ ਨੂੰ ਸ਼ਰਧਾਂਜਲੀ ਦੇਣ ਪੁੱਜੀਆਂ ਅਤੇ ਆਈਆਂ ਹੋਈਆਂ ਸੰਗਤਾਂ ਦਾ ਧੰਜਲ ਪਰਿਵਾਰ ਵੱਲੋਂ ਧੰਨਵਾਦ ਵੀ ਕੀਤਾ ਗਿਆ।
Yeah.
ਕਰਕੇ ਗੁਰੂ ਦੇ ਚਰਨਾਂ ਨੂੰ ਯਾਦ ਰੱਖਦੇ ਅੱਜ ਅਸੀਂ ਉਹਨਾਂ ਨੂੰ ਚਰਨਾਂ ਨੂੰ ਕਰਨ ਲਈ ਇਕੱਠੇ ਹੋਏ ਹਾਂ। ਮੈਂ ਇਹਨਾਂ ਬਾਰੇ ਕੁਛ ਦੱਸਣਾ ਚਾਹੁੰਦਾ, ਵੈਸੇ ਇਹਨਾਂ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਕਿਉਂਕਿ ਬਹੁਤ ਹੀ ਇਮਾਨਦਾਰ ਸ਼ਖਸੀਅਤ ਇੱਕ ਮੇਰੇ ਸਾਹਮਣੇ ਮਾਇਆ।
ਬਿਰਥਾ ਜਨਮ ਸਿਰਾਨ ਜੋ ਕਾਨੀ ਇਸ ਦਿਨ ਭਜੈ Thank you.
ਕਰਕੇ ਪਾਪ ਦੀ ਦਾਤ ਕਰ
रहता पवित्र दान ये साधु दान पड़ोसा दान दाना
ਜਿਹਨਾਂ ਨੂੰ ਹੁਣ ਗੁਰੂ ਦਾ ਭਾਣਾ ਮੰਨ ਕੇ ਇਹ ਅੱਗੇ ਵੀ ਚੱਲਣਾ ਚਾਹੀਦਾ ਹੈ ਵੀ ਅਸੀਂ ਆਪਣੇ ਪਿਤਾ ਜੀ ਆਪਣੇ ਚਾਚਾ ਜੀ ਜਾਂ ਤਾਇਆ ਜੀ ਜਿਹੜੇ ਜਿਹੜੇ ਰਿਸ਼ਤੇ ਉਹਨਾਂ ਦੇ ਨਾਲ ਅਸੀਂ ਨਿਭਾਉਂਦੇ ਰਹੇ ਹਾਂ ਅਸੀਂ ਅੱਜ ਉਹਨਾਂ ਤੋਂ ਮਹਿਰੂਮ ਹੋ ਗਏ ਹਾਂ। ਮੈਂ ਬੋਲੀਆਂ ਇਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਕਿਉਂਕਿ ਇੱਥੇ ਕਈ ਸ਼ਖਸੀਅਤਾਂ ਇਹੋ ਜਿਹੀਆਂ ਨੇ ਜਿਹੜੀਆਂ ਉਹਨਾਂ ਨੂੰ ਆਪਣੇ ਸ਼ਬਦਾਂ ਦੇ ਝੁੱਲ ਫਿੱਟ ਕਰਨਗੀਆਂ ਜਿਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਸੁਨੀਲ ਰੱਬੀ ਜੀ ਉਹ ਇੱਥੇ ਆ ਕੇ ਸਰਦਾਰ ਜਗਜੀਤ ਸਿੰਘ ਜੀ ਭੱਜਣ ਨੂੰ ਸ਼ਬਦਾਂ ਦੇ ਝੁੱਲ ਫੁੱਲ ਫਿੱਟ ਕਰਨ ਕਰੇ ਸਰਦਾਰ ਉਸ ਤੋਂ ਬਾਅਦ ਸਰਦਾਰ ਗੁਰਪ੍ਰਤਾਪ ਸਿੰਘ ਜੀ ਜਿਹੜਾ ਸਮੇਂ ਦੀ ਕਾਰਨਾ ਹੋ ਗਿਆ ਉਹ ਆ ਕੇ ਸੰਤਾਂ ਨੇ ਸਾਨੂੰ ਭੁੱਲ ਗਏ ਹੋਇਆ ਤੇ ਲੰਬੇ ਸਮੇਂ ਤੋਂ ਜੋ ਇਹਨਾਂ ਕੋਲ